ਜਿੱਥੇ ਮੁਗਲ ਇਕੱਲਾ ਬਹਿੰਦਾ ਸੀਗਾ ਤੇ 10 10 15 15 ਰਾਣੀਆਂ ਉਹ ਆਪਣੇ ਆਲੇ ਦੁਆਲੇ ਬਿਠਾ ਕੇ ਰੱਖਦਾ ਸੀ, ਤੁਹਾਨੂੰ ਉੱਥੇ ਲੈ ਕੇ ਚੱਲਨੇ ਖਾਸ ਮਹਿਲ ਦੇ ਵਿੱਚ। ਰਹਾ ਨਹੀਂ ਜਾਤਾ, ਤੜਪ ਹੀ ਐਸੀ ਹੈ ਨਾ। ਤੇ ਹੁਣ ਸਾਡਾ ਬੰਦਾ ਬਚ ਗਿਆ, ਠੀਕ ਹੈ, ਜਿਹਦੇ ਸੱਪ ਲੜ ਜਾਣਾ ਸੀਗਾ। ਖਤਮ, ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ। ਰਾਣੀਆਂ ਮੁਗਲਾਂ ਦੀਆਂ ਜੋ ਵੀ ਸੀਗੀਆਂ ਇੱਥੇ ਬਹਿੰਦੀਆਂ ਹੋਣੀਆਂ। ਕੀ ਸੀਨ ਹੈ, ਤੋ ਚਲੇ ਸ਼ੁਰੂ ਕਰਦੇ ਹੈ। ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਲੈ ਕੇ ਆਏ ਹਾਂ ਮੁਗਲਾਂ ਦੇ ਕਿਲੇ ਦੇ ਵਿੱਚ, ਤੁਹਾਨੂੰ ਉੱਪਰ ਦਾ ਵਿਊ ਦਿਖਾ ਦਿੰਦੇ ਹਾਂ। ਇੱਥੇ ਅੱਜ ਵੀ ਮੁਗਲ ਆ ਕੇ ਪਹਿਰਾ ਦਿੰਦੇ ਨੇ, ਠੀਕ ਹੈ ਜੀ। ਅੱਜ ਤੁਹਾਨੂੰ ਉੱਪਰ ਲੈ ਕੇ ਚੱਲਦੇ ਹਾਂ, ਠੀਕ ਹੈ ਜੀ। ਤੁਹਾਨੂੰ ਦਿਖਾਉਣਾ ਕਿ ਮੁਗਲ ਇੱਥੇ ਰਾਤ ਨੂੰ ਆ ਕੇ ਇੱਥੇ ਪਹਿਰਾ ਦਿੰਦੇ ਨੇ। ਸੁਣਿਆ ਤੁਸੀਂ ਉੱਪਰ ਦਾ ਵਿਊ ਦੇਖ ਸਕਦੇ ਹੋ ਇਹਨਾਂ ਦਾ, ਮਤਲਬ ਕਿੰਨੀ ਇਹਦੀ ਅੰਦਰ ਜੇਲ੍ਹ ਹੁੰਦੀ ਸੀਗੀ। ਅੱਜ ਇਹਨਾਂ ਦਾ ਪਹਿਰੇਦਾਰ ਦਾ ਸਥਾਨ ਦਿਖਾਉਣਾ, ਜਿੱਥੇ ਪਹਿਰੇਦਾਰ ਖੜ੍ਹਦੇ ਸੀਗੇ। ਅੱਜ ਤੁਹਾਨੂੰ ਦਿਖਾਉਂਦੇ ਹਾਂ, ਆਹ ਤੁਸੀਂ ਦੇਖ ਸਕਦੇ ਹੋ, 1 2 3 4 ਇੱਥੇ ਪਹਿਰੇਦਾਰ ਖੜ੍ਹਦੇ ਸੀਗੇ। ਉੱਪਰ ਦਾ ਵਿਊ ਤੁਹਾਨੂੰ ਦਿਖਾਉਣੇ ਆ, ਮਤਲਬ ਹਵਾ ਉਰੇ ਕ੍ਰੋਸ ਹੁੰਦੀ, ਕੋਈ ਪੱਖੇ ਪੁੱਖੇ ਦਾ ਖਾਸ ਪ੍ਰਬੰਧ ਨਹੀਂ ਸੀਗਾ, ਮਤਲਬ ਚੂਨੇ ਨਾਲ ਲਪਾਈ ਕਰੀ ਸੀ। ਸਰ ਦੇਟਾਂ ਦਾ ਬਣਾ ਸਕਦੇ ਹੋ, ਠੀਕ ਹੈ ਜੀ। ਅੱਜ ਤੁਹਾਨੂੰ ਤੁਸੀਂ ਇੱਥੇ ਅੰਦਰ ਦੇਖ ਸਕਦੇ ਹੋ, ਥੋੜ੍ਹਾ ਜਿਹਾ ਕੈਮਰਾ ਮਾਰ ਕੇ ਆ ਇੱਧਰ ਦੇਖ ਸਕਦੇ ਹੋ, ਠੀਕ ਹੈ ਜੀ। ਇੱਥੇ ਤਸ਼ੱਦਦ ਕੀਤੀ ਜਾਂਦੀ ਸੀਗੀ, ਮਤਲਬ ਇਹ ਤਹਿਖਾਨਾ ਇਹਨਾਂ ਦਾ, ਜਿੱਥੇ ਜੇਲ੍ਹ ਜਿਹਨੂੰ ਕਹਿ ਦਿੰਦੇ ਆ। ਇੱਥੋਂ ਹਵਾ ਆਉਂਦੀ ਸੀ, ਕ੍ਰੋਸ ਕੀਰੀ ਜਾਂਦੀ ਸੀ ਮੁਗਲਾਂ ਦਾ, ਪਰ ਇੰਨੀ ਸਿਫਤ ਸੀਗੀ ਕਿ ਅਗਲੇ ਨੂੰ ਸੁਵਿਧਾ ਵੀ ਪੂਰੀ ਦਿੰਦੇ ਤੇ ਤਸ਼ੱਦਦ ਵੀ ਕਰਦੇ ਸੀਗੇ। ਅੱਜ ਤੁਹਾਨੂੰ ਹੋਰ ਉੱਪਰ ਲੈ ਕੇ ਚੱਲਦੇ ਹਾਂ, ਆਹ ਤੁਸੀਂ ਇੱਧਰ ਦੇਖ ਸਕਦੇ ਹੋ, ਮਤਲਬ ਧਰੋਹਰ ਨੂੰ ਸਰਕਾਰੀ ਉਹਦੇ ਨਾਲ ਸਾਂਭਿਆ ਹੋਇਆ, ਠੀਕ ਹੈ ਜੀ। ਇੱਥੇ ਸਿਕਿਉਰਿਟੀ ਲੱਗੀ ਹੋਈ ਆ, ਦੇਖਭਾਲ ਕਰਦੇ ਨੇ। ਪਰ ਤੁਸੀਂ ਘਾਹ ਦੇਖ ਲਓ, ਕਹਿੰਦੇ ਜਦੋਂ ਬੰਦਾ ਮੇਰੀ ਮੇਰੀ ਕਰਦਾ ਰਹਿ ਜਾਂਦਾ, ਪਰ ਸਾਰਾ ਕੁਛ ਇੱਥੇ ਹੀ ਰਹਿ ਜਾਂਦਾ। ਆ ਤੁਸੀਂ ਦੇਖਦੇ ਕੋਈ ਵੀ ਸਫਾਈ ਨਹੀਂ ਕਰਦਾ ਮੁਗਲਾਂ ਦੇ। ਮੁਗਲ ਜਦੋਂ ਕਹਿੰਦੇ ਰਾਜ ਕਰਦੇ ਸੀਗੇ, ਮਹਿਲਾਂ ਨੂੰ ਕਿੰਨਾ, ਇਹਨਾਂ ਦੀ ਜੇਲ੍ਹ ਹੁੰਦੀ ਸੀਗੀ, ਦਰਵਾਜ਼ਾ ਲਾਇਆ ਜਿੰਦਾ ਲੱਗਿਆ ਹੋਇਆ। ਇੱਥੇ ਦੇ ਤਹਿਖਾਨੇ, ਹਥਿਆਰ ਵਗੈਰਾ ਸਾਰੇ ਕੁਛ ਸਾਂਭਿਆ ਹੋਇਆ। ਆ ਜਾਓ ਉੱਪਰ ਚੱਲਦੇ ਆਪਾਂ। ਤੁਸੀਂ ਮੁਗਲਾਂ ਦਾ ਮਹਿਲ ਦੇਖ ਹੀ ਲਿਆ, ਦੇਖ ਹੋਰ ਦੇਖਣਾ ਤਾਂ ਤੁਹਾਨੂੰ ਹੋਰ ਅੱਗੇ ਲੈ ਕੇ ਚੱਲਦੇ ਆਪਾਂ। ਤੁਹਾਨੂੰ ਉਹ ਦਿਖਾਵਾਂਗੇ ਜਿੱਥੇ ਮੁਗਲ ਇਕੱਲਾ ਬਹਿੰਦਾ ਸੀਗਾ ਤੇ 10 10 15 15 ਰਾਣੀਆਂ ਉਹ ਆਪਣੇ ਆਲੇ ਦੁਆਲੇ ਬਿਠਾ ਕੇ ਰੱਖਦਾ ਸੀ, ਤੁਹਾਨੂੰ ਉੱਥੇ ਲੈ ਕੇ ਚੱਲਦੇ ਖਾਸ ਮਹਿਲ ਦੇ ਵਿੱਚ। ਅੱਜ ਤੁਹਾਨੂੰ ਇੱਥੇ ਦਿਖਾ ਦਿੰਦੇ ਹਾਂ, ਚਾਰੇ ਪਾਸੇ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਆ ਇੱਥੋਂ ਦੀ ਹਥਿਆਰ ਕੱਢਦੇ ਸੀਗੇ, ਤੋਪਖਾਨੇ ਆਪਣੇ, ਐਂ ਨਿਗਾ ਰੱਖਦੇ ਸੀਗੇ, ਕੋਈ ਹਮਲਾ ਤਾਂ ਨਹੀਂ ਕਰਦਾ ਹੈਗਾ। ਇਹ ਦੀਵਾਰਾਂ ਨੂੰ ਟੱਪਣਾ ਵੀ ਬੜਾ ਔਖਾ ਹੁੰਦਾ ਸੀਗਾ, ਮਤਲਬ ਮੇਰੀ ਐਡੀ ਬਾਂਹ ਨਹੀਂ ਹੈਗੀ, ਜਿੱਡੀ ਮੋਟੀ ਦੀਵਾਰ ਆ ਤੁਸੀਂ ਦੇਖ ਸਕਦੇ ਹੋ, ਜਿੰਨੀ ਮੋਟੀ ਦੀਵਾਰ ਐਡੀ ਮੇਰੀ ਬਾਂਹ ਨਹੀਂ ਹੈਗੀ ਲੰਬੀ, ਠੀਕ ਹੈ ਜੀ। ਇੰਨੀ ਮੋਟੀ ਮਤਲਬ ਦੀਵਾਰ ਸਰ ਦੇਟਾਂ ਨਾਲ ਬਣਾਈ ਹੁੰਦੀ ਸੀ, ਪੂਰਾ ਖਾਸ ਪ੍ਰਬੰਧ ਕਰਿਆ, ਚਾਰੇ ਪਾਸੇ ਪਹਿਰੇਦਾਰਾਂ ਦੇ ਖੜ੍ਹਨ ਨੂੰ ਲਾਇਆ ਹੋਇਆ। ਅੱਜ ਤੁਹਾਨੂੰ ਹੋਰ ਅੱਗੇ ਲੈ ਕੇ ਚੱਲਦੇ ਹਾਂ ਆਪਾਂ, ਠੀਕ ਹੈ ਜੀ। ਉਹ ਕਹਿੰਦੇ ਹਵਾ ਮਹਿਲ ਇਹਨੂੰ ਕਹਿੰਦੇ ਸੀਗੇ, ਹਵਾ ਮਹਿਲ ਦਾ ਮਤਲਬ ਕਿ ਚਾਰੇ ਪਾਸੋਂ ਹਵਾ ਆਉਂਦੀ ਸੀਗੀ, ਇਸ ਹਿਸਾਬ ਨਾਲ ਬਣਾਇਆ ਦੀ। ਉਹ ਇਹਨਾਂ ਦੀਆਂ ਦਰਗਾਹਾਂ ਬਣਾਈਆਂ ਹੋਈਆਂ ਨੇ ਜਿੱਥੇ ਪੂਜਾ ਪਾਠ ਕਰਦੇ ਨੇ, ਠੀਕ ਹੈ ਜੀ। ਉਹ ਸਾਰੀਆਂ ਹੁਣ ਕੋਈ ਨਹੀਂ ਇੱਥੇ ਪੂਜਾ ਪਾਠ ਕਰਦਾ, ਮਤਲਬ ਕੌਮ ਬੋਲਦੇ ਨੇ। ਕਬੂਤਰ ਆਪਾਂ ਬੈਠੇ ਤੁਹਾਨੂੰ ਦਿਖਾਏ ਸੀਗੇ, ਅੰਦਰ ਕਬੂਤਰ ਬੋਲਦੇ ਨੇ ਮਹਿਲਾਂ ਦੇ ਵਿੱਚ। ਆਹ ਤੁਸੀਂ ਇੱਥੇ ਤੁਹਾਨੂੰ ਕੈਮਰਾ ਕਰਕੇ ਦਿਖਾ ਦਿੰਦੇ ਆਪਾਂ, ਆਹ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੋਇਆ ਹੋਇਆ, ਠੀਕ ਹੈ ਜੀ। ਅੰਦਰ ਭਰਿੰਡਾਂ ਦੇ ਛੱਤੇ ਵਗੈਰਾ ਲੱਗੇ ਹੋਏ ਨੇ, ਅਤੇ ਇਹਨਾਂ ਦੇ ਹਵਾ ਪੈਣ ਨੂੰ ਬਣਾਇਆ ਹੋਇਆ ਸੀਗਾ, ਜਿੰਨਾ ਵੀ ਕੁਛ ਬਣਾਇਆ ਹੋਇਆ ਸੀ। ਆਹ ਵੀ ਤੁਸੀਂ ਦੇਖ ਸਕਦੇ ਹੋ, ਸ਼ੀਸ਼ਾ ਲਾਇਆ ਹੋਇਆ ਅੰਦਰ, ਮਤਲਬ ਖੰਡਰ ਹੋਇਆ ਪਿਆ ਸਾਰਾ ਕੁਛ। ਆਹ ਤੁਸੀਂ ਦੇਖ ਸਕਦੇ ਹੋ, ਇੱਥੇ ਪੀਪਲ ਵਗੈਰਾ ਉੱਗੇ ਹੋਏ ਨੇ, ਕੋਈ ਇੱਥੇ ਸਫਾਈ ਨਹੀਂ, ਕੁਛ ਵੀ ਨਹੀਂ ਕਰਦਾ ਹੈਗਾ। ਮਤਲਬ ਆਪਾਂ ਇੰਨੀਆਂ ਲੜਾਈਆਂ ਕਰਦੇ ਸੀਗੇ ਰਾਜਪਾਠ ਪਾਉਣ ਦੇ ਵਾਸਤੇ, ਆਹ ਪਏ ਨੇ ਮਹਿਲ, ਉੱਦਾਂ ਹੀ ਛੱਤੇ ਛੱਤੇ, ਕੋਈ ਨਹੀਂ ਰਹਿੰਦਾ ਹੈਗਾ ਇੱਥੇ। ਤੁਹਾਨੂੰ ਚਾਰੇ ਪਾਸੇ ਮਹਿਲ ਦਾ ਵਿਊ ਦਿਖਾ ਦੇਣਾ, ਅੱਜ ਤੁਹਾਨੂੰ ਉੱਥੇ ਵੀ ਲੈ ਕੇ ਚੱਲਦੇ ਹਾਂ ਆਪਾਂ, ਠੀਕ ਹੈ। ਉੱਧਰਲੇ ਸਾਈਡ ਵੀ ਲੈ ਕੇ ਜਾਵਾਂਗੇ, ਅੱਜ ਤੁਹਾਨੂੰ ਆਪਾਂ ਉੱਧਰ ਵੀ ਲੈ ਕੇ ਚੱਲਦੇ ਹਾਂ। ਅੱਜ ਤੁਹਾਨੂੰ ਇੱਥੇ ਦਿਖਾ ਦਿੰਦੇ ਹਾਂ ਆਪਾਂ ਮੁਗਲਾਂ ਦਾ ਮਹਿਲ, ਉਹਦਾ ਸੈਕਿੰਡ ਦਰਵਾਜ਼ਾ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਇੱਥੇ ਘਾਹ ਵਗੈਰਾ ਉੱਗਿਆ ਹੋਇਆ,
ਮਤਲਬ ਕੋਈ ਸਫਾਈ ਨਹੀਂ, ਕੁਛ ਨਹੀਂ ਹੈਗੀ, ਪਰ ਸਿਕਿਉਰਿਟੀ ਘੁੰਮ ਸਕਦੇ ਤੁਸੀਂ ਆ ਕੇ ਇੱਥੇ ਦੇਖ ਸਕਦੇ ਹੋ ਮਹਿਲ, ਅਤੇ ਸਰਕਾਰੀ ਧਰੋਹਰਾਂ ਸਾਂਭੀਆਂ ਹੋਈਆਂ ਨੇ, ਹਾਜੇ ਤੁਹਾਨੂੰ ਲੈ ਕੇ ਚੱਲਦੇ ਅੱਗੇ। ਜਲਦੀ ਕਰੋ, ਮੁਝੇ ਪਤਾ ਹੈ ਕਿ ਆਪ ਲੋਕ ਨਹੀਂ ਕਰਤੇ ਵੀਡੀਓ ਦੇਖਤੇ ਹੋ, ਲੇਕਿਨ ਸਬਸਕ੍ਰਾਈਬ ਨਹੀਂ ਕਰਤੇ, ਲਾਲ ਕਲਰ ਕਾ ਬਟਨ ਨਹੀਂ ਸੀ ਦਬਾਓ। ਸਰਕਾਰੀ ਇਮਾਰਤਾਂ ਦਾ ਫਾਇਦਾ ਲਿਆ ਜਾਂਦਾ, ਤੁਸੀਂ ਇੱਧਰ ਦੇਖ ਸਕਦੇ ਹੋ। ਆ ਜਾਣਾ ਦੀ ਮਾਝੇ ਦੇ ਤੁਹਾਨੂੰ ਦਿਖਾਉਂਦੇ ਆਪਾਂ, ਜੋੜੇ ਪਾ ਕੇ ਆਉਣਾ ਸਖ਼ਤ ਮਨਾ ਆ, ਠੀਕ ਜੀ, ਆਪਾਂ ਜੋੜੇ ਨਹੀਂ ਆਪਾਂ ਲੈ ਕੇ ਜਾ ਸਕਦੇ। ਇਹਨਾਂ ਦੀ ਧਰੋਹਰ ਆ, ਠੀਕ ਹੈ ਜੀ। ਅੱਜ ਤੁਹਾਨੂੰ ਮਾਝੀ ਦਿਖਾ ਦਿੰਦੇ ਹਾਂ, ਨਲਕਾ ਲੱਗਿਆ ਹੋਇਆ ਦੇਖ ਸਕਦੇ ਹੋ ਇੱਧਰ ਮਾਝੀ ਦਾ, ਠੀਕ ਹੈ ਜੀ। ਇੱਥੇ ਮੁਗਲ ਆਪਣਾ ਪੂਜਾ ਪਾਠ ਕਰਦੇ ਸੀਗੇ, ਇਹਨਾਂ ਦੀਆਂ ਮਾਝੀ ਦਾ ਕਿੱਦਾਂ ਦੀਆਂ ਪੌੜੀਆਂ ਦੇ ਹਿਸਾਬ ਨਾਲ ਬਣਾਈਆਂ ਹੁੰਦੀਆਂ ਸੀਗੀਆਂ, ਮਤਲਬ ਕਲਾਮਾ ਵਗੈਰਾ ਇੱਥੇ ਪੜ੍ਹਦੇ ਸੀਗੇ। ਠੀਕ ਹੈ, ਤੁਸੀਂ ਦੇਖ ਸਕਦੇ ਹੋ ਮਾਝੀ 'ਤੇ ਮੈਂ ਸਾਹਮਣੇ ਖੜ੍ਹਿਆ, ਤੁਸੀਂ ਉੱਪਰ ਦਾ ਵੀ ਤੁਹਾਨੂੰ ਮਾਝੀ ਦਾ ਦਿਖਾ ਦਿੰਦਾ ਮੈਂ। ਅਤੇ ਹੁਣ ਇਹ ਖੰਡਰ ਹੋਇਆ ਪਿਆ ਮਾਝੀ ਦਾ, ਮਤਲਬ ਜਦੋਂ ਇੱਥੇ ਹੁੰਦੀ ਹੋਣੀ ਮੁਗਲਾਂ ਦਾ, ਮਤਲਬ ਇੱਥੇ ਪੂਰੀ ਚਹਿਲ ਪਹਿਲ ਲੱਗਦੀ ਹੋਣੀ, ਰਾਣੀਆਂ ਮੁਗਲਾਂ ਦੀਆਂ ਜੋ ਵੀ ਸੀਗੀਆਂ ਇੱਥੇ ਬਹਿੰਦੀਆਂ ਹੋਣੀਆਂ। ਠੀਕ ਹੈ, ਆ ਜਾਓ, ਇਹਨਾਂ ਦਾ ਕਮਰਾ ਵੀ ਉੱਥੇ ਬਣਾਇਆ ਜਿੱਥੇ ਸਾਰਾ ਸਮਾਨ ਰੱਖਿਆ ਜਾਂਦਾ ਸੀਗਾ, ਟਾਈਮ ਵੀ ਲੱਗਿਆ ਹੋਇਆ 5 ਵਜਣ ਵਾਲੇ ਨੇ, ਟਾਈਮ ਪੀਸ ਚੱਲਦਾ। ਅੱਜ ਤੁਹਾਨੂੰ ਅੰਦਰ ਦਾ ਵਿਊ ਦਿਖਾਉਂਦੇ ਹਾਂ, ਆ ਤੁਹਾਨੂੰ ਦਿਖਾ ਦਿੰਦੇ ਹਾਂ ਮਾਝੀ ਦਾ। ਅੰਦਰ ਉੱਪਰ ਪੱਖਾ ਲੱਗਿਆ ਹੋਇਆ, ਧਰਮ ਦਾ ਸਤਿਕਾਰ ਸਾਰਿਆਂ ਦਾ ਕਰਨਾ ਚਾਹੀਦਾ, ਇਹਨਾਂ ਦੀ ਮਾਝੀ 'ਤੇ ਬਣਾਈ ਹੋਈ ਆ, ਠੀਕ ਹੈ ਜੀ, ਇੱਥੇ ਪੂਜਾ ਪਾਠ ਕਰਦੇ ਸੀਗੇ। ਠੀਕ ਹੈ, ਉੱਧਰ ਵੀ ਤੁਹਾਨੂੰ ਦਿਖਾ ਦਿੰਦੇ, ਉੱਪਰ ਵੀ ਲਾਈਟਾਂ ਵਗੈਰਾ, ਉਹ ਚਟਾਈਆਂ ਪਈਆਂ ਨੇ, ਇੱਥੇ ਅੱਜ ਵੀ ਪੂਜਾ ਪਾਠ ਹੁੰਦਾ। ਠੀਕ ਹੈ, ਆਪਾਂ ਕਿਸੇ ਧਰਮ ਨੂੰ ਠੇਸ ਨਹੀਂ ਪਹੁੰਚਾਉਂਦੇ, ਮੁਗਲ ਵੀ ਆਪਣੇ ਧਰਮ ਦੇ ਪੱਕੇ ਸੀਗੇ। ਆਏ ਤੁਹਾਨੂੰ ਉਹਦਾ ਦਾ ਦੂਸਰਾ ਦਰਵਾਜ਼ਾ ਦਿਖਾਉਂਦੇ, 2 ਦਰਵਾਜ਼ੇ ਸੀਗੇ, ਕਹਿੰਦੇ ਦੀਵਾਰ ਇੰਨੀ ਉੱਚੀ ਸੀਗਾ ਦੁਸ਼ਮਣ ਟੱਪ ਹੀ ਨਹੀਂ ਸਕਦਾ ਸੀਗਾ ਦੀਵਾਰ। ਆਜੋ, ਇਹ ਜੇਲ੍ਹ ਦੇ ਵਿੱਚ ਅਲੱਗ ਅਲੱਗ ਕੈਦੀ ਇੱਥੇ ਰੱਖੇ ਜਾਂਦੇ ਸੀਗੇ ਮੁਗਲਾਂ ਦੀਆਂ ਜੇਲ੍ਹਾਂ ਨੇ। ਠੀਕ ਹੈ, ਜਿਵੇਂ ਕਾਲ ਕੋਠੜੀਆਂ ਹੁੰਦੀਆਂ ਨੇ, ਇੱਦਾਂ ਬਣਾਈਆਂ ਹੋਈਆਂ ਸੀਗੀਆਂ ਜੇਲ੍ਹਾਂ ਇਹ। ਆਜਾ ਦੂਜਾ ਦਰਵਾਜ਼ਾ, ਇੱਧਰੋਂ ਆਪਾਂ ਤੁਹਾਨੂੰ ਦੂਜਾ ਦਰਵਾਜ਼ਾ ਦਿਖਾਉਂਦੇ ਹਾਂ ਜੇਲ੍ਹ ਦਾ। ਆਜੇ ਤੁਹਾਨੂੰ ਦੂਜਾ ਦਰਵਾਜ਼ਾ ਵੀ ਦਿਖਾ ਦਿੰਦੇ ਹਾਂ, ਠੀਕ ਹੈ, ਤੁਹਾਨੂੰ ਉੱਪਰ ਦਾ ਵਿਊ ਵੀ ਦਿਖਾਵਾਂਗੇ। ਆਜੋ, ਇੱਧਰ ਤੁਹਾਨੂੰ ਦਿਖਾ ਦਿੰਦੇ ਹਾਂ, ਇਹਨਾਂ ਦਾ ਖੂਹ ਦਿਖਾਉਣੇ ਆ ਜੋ ਤੁਹਾਨੂੰ, ਉੱਥੇ ਪਾਣੀ ਭਰਦੇ ਸੀਗੇ, ਇੱਥੇ ਟਿੰਡਾਂ ਵਗੈਰਾ ਲੱਗੀਆਂ ਹੋਈਆਂ ਨਹੀਂ ਸੀਗੀਆਂ, ਮਤਲਬ ਇੰਨੇ ਹੀ ਪਾਣੀ ਖਿੱਚਦੇ ਸੀਗੇ ਇਹ। ਆਜੋ, ਤੁਹਾਨੂੰ ਦਿਖਾ ਦਿੰਦੇ ਹਾਂ, ਉੱਪਰ ਆਜੋ, ਇਹ ਇਹਨਾਂ ਦਾ ਖੂਹ ਆ, ਜਿੱਥੋਂ ਇੱਥੇ ਸੀਗਾ ਪਾਣੀ ਦਾ ਲੈਵਲ 1 ਫੁੱਟ 'ਤੇ, ਇਹ ਖੂਹ ਪਰ ਇੱਥੋਂ ਪਾਣੀ ਕੱਢਦੇ ਸੀਗੇ ਮੁਗਲ ਸਾਰੇ ਪਾਸੇ। ਆਜੋ, ਤੁਹਾਨੂੰ ਦੂਜਾ ਦਰਵਾਜ਼ਾ ਅੱਗੇ ਵੀ ਦਿਖਾ ਦਿੰਦੇ ਹਾਂ, ਇੱਧਰ ਲੈ ਕੇ ਚੱਲਦੇ ਹਾਂ, ਇਹਨਾਂ ਦਾ ਦੂਜਾ ਦਰਵਾਜ਼ਾ ਦਿਖਾਉਂਦੇ ਹਾਂ ਇੱਧਰੋਂ ਅੰਦਰ ਦੀ। ਇੱਧਰੋਂ ਦੀ ਮਤਲਬ ਜੇ ਕੋਈ ਮੰਨ ਲਓ ਉੱਧਰੋਂ ਦੁਸ਼ਮਣ ਆ ਗਏ, ਜੇ ਮੁਗਲਾਂ ਨੇ ਆਪਣਾ ਮਹਿਲ ਛੱਡ ਕੇ ਭੱਜਣਾ ਹੁੰਦਾ ਸੀਗਾ, ਤਾਂ ਇੱਧਰੋਂ ਦੀ ਭੱਜ ਜਾਂਦੇ ਸੀ ਆ ਪਿੱਛੋਂ ਦੀ ਉਹ। ਇੱਧਰ ਹਾਥੀ ਘੋੜੇ ਰੱਥ ਇਹਨਾਂ ਦੇ ਬੰਨਣ ਦਾ ਖਾਸ ਪ੍ਰਬੰਧ ਸੀਗਾ, ਜਿੱਦਾਂ ਮੈਂ ਤੁਹਾਨੂੰ ਜੇਲ੍ਹਾਂ ਦਿਖਾਈਆਂ ਨੇ ਉੱਪਰ ਦਾ ਦੇਖ ਸਕਦੇ ਹੋ। ਹੁਣ ਖੰਡਰ ਬਣਿਆ ਪਿਆ, ਮੈਨੂੰ ਡਰ ਹੈ ਕਿ ਉੱਪਰ ਟਾਇਲ ਟੂਲ ਗਿਰ ਕੇ ਨਾ ਲੱਗੇ ਕੈਮਰਾਮੈਨ ਦੇ ਸਾਡੇ, ਪਰ ਫਿਰ ਵੀ ਕੈਮਰਾਮੈਨ ਸਾਡਾ ਵਧੀਆ ਵੀਡੀਓ ਬਣਾ ਰਿਹਾ, ਠੀਕ ਹੈ ਜੀ। ਆਜੋ, ਤੁਹਾਨੂੰ ਉੱਪਰ ਦਾ ਵੀ ਦਿਖਾਉਂਦੇ ਹਾਂ, ਠੀਕ ਹੈ ਜੀ, ਆਜੋ ਤੁਹਾਨੂੰ ਉੱਪਰ ਦਾ ਵੀ ਦਿਖਾਉਂਦੇ ਹਾਂ, ਇੱਧਰੋਂ ਦੀ ਆਜੋ। ਤਹਿਖਾਨਾ ਬਣਾਇਆ ਹੋਇਆ ਸੀਗਾ ਅੰਦਰ, ਹਵਾ ਮਹਿਲ ਜਿਹਨੂੰ ਕਹਿੰਦੇ ਨੇ ਆਪਾਂ, ਹਵਾ ਮਹਿਲ ਬਣਾਏ ਹੋਏ ਨੇ, ਚਾਰੇ ਪਾਸੋਂ ਹਵਾ ਪੈਂਦੀ ਆ। ਅੱਜ ਤੁਹਾਨੂੰ ਦਿਖਾ ਦਿੰਦੇ ਇੱਧਰੋਂ ਵੀ, ਅੰਦਰੋਂ ਅੰਦਰ ਹੀ ਲੈ ਕੇ ਚੱਲਦੇ ਹਾਂ, ਉੱਧਰਲਾ ਗੇਟ ਦਿਖਾਓ, ਇੱਧਰ ਦਾ ਗੇਟ ਤੁਹਾਨੂੰ ਦਿਖਾ ਦਿੰਦੇ ਹਾਂ। ਇੱਥੋਂ ਦੇਖ ਲਓ, ਇੱਥੇ ਵੀ ਪਹਿਰੇਦਾਰ ਸਿਕਿਉਰਿਟੀ ਗਾਰਡ ਪੂਰੇ ਹੁੰਦੇ ਸੀ, ਜਿੱਦਾਂ ਦੇ ਕਹਿੰਦੇ ਆਪਾਂ ਅੱਜ ਲੋਬੀ ਡਰਾਇੰਗ ਰੂਮ ਬਾਥਰੂਮ ਬਣਾਉਂਦੇ ਹਾਂ, ਇਹ ਉਦੋਂ ਦਾ ਹੀ ਨਕਸ਼ਾ ਸੀਗਾ, ਇਹ ਉਦੋਂ ਵੀ ਇੱਦਾਂ ਹੀ ਕੁਛ ਕੀਤਾ ਜਾਂਦਾ ਸੀ। ਆਜੋ, ਉੱਪਰ ਦਾ ਵਿਊ ਦਿਖਾ ਦਿੰਦਾ ਤੁਹਾਨੂੰ, ਸਾਰਾ ਕੋਈ ਡਾਟਾ 'ਤੇ ਬਣਿਆ ਹੋਇਆ, ਕੋਈ ਸਰੀਆ ਨਹੀਂ ਪਿਆ ਹੋਇਆ, ਅੱਜ ਵੀ ਖੜ੍ਹੇ ਨੇ ਮਕਾਨ, ਅੱਜ ਵੀ ਪੂਰਾ ਮਹਿਲ ਵਧੀਆ ਤਰੀਕੇ ਨਾਲ ਖੜ੍ਹਿਆ ਉਰੇ,
ਠੀਕ ਹੈ ਜੀ, ਤੁਹਾਨੂੰ ਸਾਹਮਣੇ ਦਿਖਾ ਦਿੰਦੇ ਹਾਂ, ਉਹ ਦੇਖੋ ਗੇਟ 'ਤੇ ਸਿਕਿਉਰਿਟੀ ਵਾਲੇ ਬੈਠੇ ਹੋਏ ਨੇ, ਸਾਹਮਣੇ ਤੁਹਾਨੂੰ ਦਿਖਾ ਦਿੰਦੇ ਆਪਾਂ, ਠੀਕ ਹੈ ਜੀ। ਆ ਜਾਓ ਇੱਧਰੋਂ ਦੀ ਅੰਦਰ ਪੂਰਾ, ਇੱਥੇ ਮਸਾਲਾਂ ਲਾਈਆਂ ਜਾਂਦੀਆਂ ਸੀਗੀਆਂ ਜਦੋਂ ਲਾਈਟ ਰਾਤ ਨੂੰ ਹਨੇਰਾ ਹੋ ਜਾਂਦਾ ਸੀ ਨਾ, ਤਾਂ ਮਸਾਲਾਂ ਲਾਈਆਂ ਜਾਂਦੀਆਂ ਸੀ। ਇੱਧਰ ਤੁਹਾਨੂੰ ਦਿਖਾ ਦਿੰਦੇ ਉਹ ਰਾਣੀ ਦੀ ਫੋਟੋ ਬਣਾਈ ਹੋਈ, ਅੱਗੇ ਕਹਿੰਦੇ ਇੱਦਾਂ ਤਸਵੀਰਾਂ ਬਣਾਉਂਦੇ ਸੀਗੇ ਕਲਾਕਾਰ। ਹਾਜੋ ਤੁਹਾਨੂੰ ਦਿਖਾ ਦਿੰਦੇ ਇੱਥੋਂ ਅੰਦਰ, ਥੋੜ੍ਹਾ ਜਿਹਾ ਹਨੇਰਾ ਪੈਂਦੀ। ਇੱਧਰੋਂ ਦੀ ਐਂਟਰੀ ਹੋ ਗਈ, ਚਾਰੇ ਪਾਸੇ ਦਰਵਾਜ਼ੇ ਸੀਗੇ। ਇਹ ਪੂਲ ਪਲਈਆ ਜਿਹਨੂੰ ਕਹਿ ਦਿੰਦੇ ਆ, ਬੰਦਾ ਲੱਭਿਆ ਨਹੀਂ ਜਾ ਸਕਦਾ ਇੱਕ ਵਾਰੀ ਗੁੰਮ ਹੋ ਜਾਵੇ ਇੱਥੇ। ਅੱਜ ਤੁਹਾਨੂੰ ਆਪਾਂ ਸਿਕਿਉਰਿਟੀ ਗੇਟ ਦਿਖਾਉਂਦੇ ਹਾਂ, ਠੀਕ ਹੈ ਜੀ, ਅੱਗੇ ਚੱਲ ਕੇ। ਮਤਲਬ ਤੁਸੀਂ ਵਲੌਗ ਪੂਰਾ ਦੇਖਿਆ, ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਅਤੇ ਮੇਰੇ ਫੇਸਬੁੱਕ ਪ੍ਰੋਫਾਈਲ ਨੂੰ ਫੋਲੋ ਜ਼ਰੂਰ ਕਰਿਓ ਪੇਜ ਨੂੰ, ਠੀਕ ਹੈ ਜੀ। ਆ ਜਾਓ ਤੁਹਾਨੂੰ ਆਪਾਂ ਲੈ ਕੇ ਆਉਂਦਾ, ਯੂਟਿਊਬ 'ਤੇ ਵੀ ਆਪਾਂ ਵੀਡੀਓ ਪਾਵਾਂਗੇ, ਯੂਟਿਊਬ 'ਤੇ ਵੀ ਫੋਲੋ ਕਰਿਓ ਇੱਦਾਂ ਦੇ ਵਲੌਗ ਦੇਖਣ ਲਈ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੋਲੋ ਕਰ ਲਓ। ਆ ਤੁਹਾਨੂੰ ਸਿਕਿਉਰਿਟੀ ਰੂਮ ਦਿਖਾ ਦਿੰਦੇ, ਖਾਸ ਸਿਕਿਉਰਿਟੀ ਦਾ ਪ੍ਰਬੰਧ ਆ, ਅਤੇ ਹੁਣ ਸਾਡਾ ਬੰਦਾ ਬਚ ਗਿਆ, ਠੀਕ ਹੈ ਜੀ। ਇਹਦੇ ਸੱਪ ਲੜ ਜਾਣਾ ਸੀਗਾ, ਅਤੇ ਸੱਪ ਵੀ ਇੱਥੇ ਬਹੁਤ ਨੇ, ਕੈਮਰਾਮੈਨ ਦੇ ਲੜ ਜਾਣਾ ਸੀ, ਬਚ ਗਿਆ। ਮਤਲਬ ਸਾਨੂੰ ਵੀਡੀਓ ਮਹਿੰਗੀ ਪੈ ਜਾਣੀ ਸੀ ਕਹਿਣ ਦਾ ਭਾਵ ਆ, ਪਰ ਫਿਰ ਵੀ ਸਾਡੇ ਕੈਮਰਾਮੈਨ ਨੇ ਥੋੜ੍ਹੀ ਜਿਹੀ ਇੱਕ ਹਿੰਮਤ ਦਿਖਾਈ, ਛਾਲ ਮਾਰੀ, ਸੱਪ ਤੋਂ ਬਚਾਅ ਹੋ ਗਿਆ। ਆ ਜਾਓ ਆਪਾਂ ਅੱਗੇ ਤੁਹਾਨੂੰ ਲੈ ਕੇ ਚੱਲਦੇ ਹਾਂ। ਅਤੇ ਉਹ ਸਿਕਿਉਰਿਟੀ ਗਾਰਡ ਉੱਥੇ ਕਹਿੰਦੇ ਵੀ ਸਾਡਾ ਟਾਈਮ ਹੋ ਗਿਆ 5 ਵਜੇ ਤੱਕ ਹੀ, 5 ਵਜੇ ਤੋਂ ਬਾਅਦ ਇੱਥੇ ਮੁਗਲ ਆ ਜਾਂਦੇ ਨੇ, ਖਾਣਾ ਪੀਣਾ ਆਪਣਾ ਬਣਾਉਂਦੇ ਨੇ, ਉਹਨਾਂ ਦਾ ਟਾਈਮ ਹੋ ਜਾਂਦਾ। ਆ ਜਾਓ ਆਪਾਂ ਚੱਲਦੇ ਹਾਂ ਹੁਣ। ਆ ਤੁਸੀਂ ਦੇਖ ਸਕਦੇ ਜੀ ਆਪਾਂ ਬਾਹਰਲਾ ਵਿਊ ਤੁਹਾਨੂੰ ਦਿਖਾ ਰਹੇ ਹਾਂ ਇਹਦਾ, ਕਿਲ੍ਹੇ ਦਾ। ਤੁਸੀਂ ਉੱਪਰ ਕੈਮਰਾ ਮਕਵਾ ਕੇ ਤੁਹਾਨੂੰ ਉੱਪਰੋਂ ਦਿਖਾ ਦਿੰਦੇ ਹਾਂ, ਠੀਕ ਹੈ ਜੀ। ਇਹ ਮੁਗਲਾਂ ਦਾ ਕਿਲ੍ਹਾ ਅੰਦਰ ਤੁਹਾਨੂੰ ਦਿੱਤਾ ਵਾ ਅੰਦਰੋਂ, ਠੀਕ ਹੈ ਜੀ ਪੂਰਾ। ਅਤੇ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ, ਤੁਹਾਨੂੰ ਆਹ ਦੇਖ ਦਿਓ ਕਿਵੇਂ ਕਲਾਕਾਰੀ ਕਰੀ ਹੋਈ ਆ ਇਹਨਾਂ ਨੇ, ਵਧੀਆ ਕਲਾਕਾਰੀ ਕਰੀ ਹੋਈ ਆ, ਠੀਕ ਹੈ ਜੀ। ਆਪਾਂ ਬਾਹਰ ਦਾ ਵਿਊ ਤੁਹਾਨੂੰ ਦਿਖਾ ਰਹੇ ਹਾਂ ਕਿਲ੍ਹੇ ਦਾ, ਅਤੇ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਵਿਊ ਉੱਧਰ ਦੇ। ਤੁਹਾਨੂੰ ਦੁਬਾਰਾ ਵੀ ਦਿਖਾ ਦਿੰਦੇ, ਤੁਹਾਨੂੰ ਅੰਦਰੋਂ ਤਾਂ ਆਪਾਂ ਸਾਰਾ ਦਿਖਾਈ ਦਿੱਤਾ ਵਾ, ਠੀਕ ਹੈ ਜੀ। ਸਿਕਿਉਰਿਟੀ ਵੀ ਲੱਗੀ ਹੋਈ ਆ, ਟਾਈਮ ਇੱਥੇ 9 ਤੋਂ 5 ਵਜੇ ਤੱਕ ਦਾ, ਕੋਈ ਟਿਕਟ ਨਹੀਂ ਲੱਗਦੀ, ਕੁਛ ਨਹੀਂ, ਤੁਸੀਂ ਫ੍ਰੀ ਆ ਕੇ ਘੁੰਮ ਸਕਦੇ ਹੋ। ਪਰ ਦੇਖ ਕੇ ਘੁੰਮਣਾ, ਕਿਉਂਕਿ ਖੰਡਰ ਆ ਇੱਥੇ, ਸੱਪ ਵਗੈਰਾ ਬਹੁਤ ਹੁੰਦੇ ਨੇ, ਸਾਡਾ ਕੈਮਰਾਮੈਨ ਬਚ ਗਿਆ 1-2 ਵਾਰੀ ਸੱਪ ਤੋਂ, ਠੀਕ ਹੈ ਜੀ। ਅੱਜ ਦੇ ਵਲੌਗ ਵਿੱਚ ਇੰਨਾ ਹੀ ਜੀ, ਧੰਨਵਾਦ ਭਾਈ, ਮਜ਼ਾ ਆਇਆ।